ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਆ ਸੋ ਸਟੂਡੈਂਟਸ ਜਿਹੜੇ ਹੁਣ ਅਪਲਾਈ ਕਰ ਰਹੇ ਨੇ ਉਹਨਾਂ ਲਈ ਬਹੁਤ ਹੀ ਚੰਗਾ ਟਾਈਮ ਚੱਲ ਰਿਹਾ ਹੈ ਕਿਉਂ ਚੰਗਾ ਟਾਈਮ ਹੈ ਕਿੰਨਾ ਕੋ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਲਈ ਅਸੀਂ ਬਹੁਤ ਰਾਈਟ ਟਾਈਮ ਕਹਿ ਸਕਦੇ ਆ ਅਪਲਾਈ ਕਰਨ ਦੇ ਲਈ ਸੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਖਾਸ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਬਹੁਤ سارے ਸਟੂਡੈਂਟਸ ਜੋ ਹੈ ਮੈਮ ਤੋਂ ਆਪਣੀ ਫਾਈਲ ਅਪਲਾਈ ਕਰਵਾ ਕੇ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਹੁਣ ਤੱਕ ਪਹੁੰਚ ਚੁੱਕੇ ਨੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਚੁੱਕੇ ਨੇ ਇਸੇ ਲਈ ਅਸੀਂ ਵੀ ਮੈਮ ਨੂੰ ਇਨਵਾਈਟ ਕਰਦੇ ਆ ਤਾਂ ਕਿ ਆਪਣੇ ਇਸ ਤਜਰਬੇ ਦੇ ਨਾਲ ਖਾਸ ਗੱਲਾਂ ਤੁਹਾਨੂੰ ਵੀ ਸਮਝਾ ਸਕਣ ਤੇ ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੁਝ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਮੈਮ ਦੀ ਗਾਈਡੈਂਸ ਦੇ ਨਾਲ ਅੱਗੇ ਵਧ ਸਕੋ ਸੋ ਮੈਮ ਅੱਜ ਆਪਾਂ ਜਿਵੇਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਚੰਗਾ ਟਾਈਮ ਕਿਵੇਂ ਦਾ ਚੰਗਾ ਟਾਈਮ ਔਰ ਪ੍ਰੋਸੈਸਿੰਗ ਵਾਈਜ਼ ਕਿੰਨਾ ਕੁ ਵਧੀਆ ਟਾਈਮ ਐ ਸਟੂਡੈਂਟਸ ਲਈ ਅਪਲਾਈ ਕਰਨ ਨੂੰ ਲੈ ਕੇ ਕਿੰਨਾ ਕੁ ਰਸ਼ ਫੈਬਨਟਿਕਲੀ ਨਜ਼ਰ ਆ ਰਿਹਾ ਔਰ ਕਿੰਨੀਆਂ ਕੁ ਚੰਗੀਆਂ ਆਪਸ਼ਨਸ ਅੱਜ ਵੀ ਮਿਲ ਸਕਦੀਆਂ ਸਟੂਡੈਂਟਸ ਨੂੰ ਜੇਕਰ ਉਹ ਟਾਈਮਲੀ ਅਪਲਾਈ ਕਰਦੇ ਨੇ ਦੇਖੋ ਅੱਜ ਵੀ ਯੂਨੀਵਰਸਿਟੀ ਦੇ ਰੈਪਸ ਮੇਰੇ ਆਫਿਸ 'ਚ ਆਏ ਹੋਏ ਸੀਗੇ ਤੇ ਅਸੀਂ ਗੱਲ ਕਰ ਰਹੇ ਸੀ ਕਿ ਜਦ ਪਹਿਲਾਂ ਕੁਝ ਸਾਲ ਪਹਿਲੇ ਅਸੀਂ ਗੱਲ ਕਰਦੇ ਸੀ ਤੇ ਹਮੇਸ਼ਾ ਸਟੂਡੈਂਟ ਦੀ ਜਿਹੜੀ ਫਰਸਟ ਚੋਇਸ ਆ ਉਹ ਕੈਨੇਡਾ ਹੁੰਦੇ ਸੀ ਹੁਣ ਜਿਹੜੀ ਆ ਫਰਸਟ ਚੋਇਸ ਆਸਟ੍ਰੇਲੀਆ ਜਦ ਕਿ ਆਸਟ੍ਰੇਲੀਆ ਇੰਨਾ ਚੂਜ਼ੀ ਐ ਕਿ ਬੜੇ ਹੀ ਲਿਮਿਟਡ ਪ੍ਰੋਫਾਈਲਾਂ ਦਾ ਗੈਪ ਉਹਨਾਂ ਨੇ ਲੈਣਾ ਨਹੀਂ ਅੱਛਾ ਮੇਨ ਫੋਰ ਸਬਜੈਕਟ ਔਨ ਆਰਟਸ ਤੇ ਜਿਹੜੇ ਬਹੁਤ سارے ਸਬਜੈਕਟ ਐਕਸੈਪਟ ਨਹੀਂ ਕਰਦੇ ਐ ਆ ਇਸ ਦਾ ਅੱਛਾ ਸਕੋਰ ਚਾਹੀਦਾ ਐ ਅੱਛਾ ਬੋਰਡ ਦੇ ਸੀਬੀਐਸਸੀ ਬੋਰਡ ਨੂੰ ਪ੍ਰੇਫਰੈਂਸ ਦਿੰਦੇ ਐ ਇਹ ਕੁਝ ਚੀਜ਼ਾਂ ਐ ਜਿਹੜੀ ਕਿ ਆਸਟ੍ਰੇਲੀਆ ਦੇ ਵਾਸਤੇ ਸਾਨੂੰ ਇੱਕ ਸਟਰਗਲ ਕਰਨਾ ਪੈਂਦਾ ਪਰ ਦੂਜੀ ਜਗ੍ਹਾ ਇਹ ਵੀ ਹੈ ਕਿ ਆਸਟ੍ਰੇਲੀਆ ਨੇ ਪਹਿਲੇ ਤੋਂ ਵੀ ਜ਼ਿਆਦਾ ਜਿਹੜਾ ਆਪਣਾ ਵੀਜ਼ਿਆਂ ਦਾ ਉਹ ਵਧਾਤਾ ਕੋਟਾ ਤੇ ਉਸ ਦੇ ਬਾਵਜੂਦ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਫਾਈਲਾਂ ਆਉਂਦੀਆਂ ਤੇ ਨੈਚੁਰਲ ਆ ਪਿੱਛੇ ਰਿਜੈਕਸ਼ਨ ਵੀ ਦੇਖਣ ਨੂੰ ਮਿਲਿਆ ਔਰ ਮੈਂ ਹਰ ਵੀਡੀਓ 'ਚ ਇਹ ਦੱਸਦੀ ਆ ਕਿ ਉਹਨਾਂ ਦੇ ਕੋਲ ਜਿਹੜਾ ਨਵਾਂ ਕੋਟਾ ਆਂਦਾ ਉਸ ਟਾਈਮ ਵੀਜ਼ਾ ਸਕਸੈਸ ਰੇਟ ਦੇਖਣ ਨੂੰ ਮਿਲਦਾ ਤੇ ਹੁਣ ਪਿਛਲੇ 10-15 ਦਿਨ ਤੋਂ ਮਾਰਕੀਟ 'ਚ ਵੀਜ਼ਾ ਵੀ ਦੇਖਣ ਨੂੰ ਮਿਲ ਰਿਹਾ ਉਸ ਤੋਂ ਪਹਿਲਾਂ ਰਿਜੈਕਸ਼ਨ ਬਹੁਤ ਦੇਖਣ ਨੂੰ ਮਿਲ ਰਹੀ ਸੀਗੀ ਤੇ ਜਿਹੜਾ ਜਨਵਰੀ ਇਨਟੇਕ ਵਾਸਤੇ ਜਿਹੜੇ ਵੀ ਬੱਚੇ ਅਪਲਾਈ ਕਰਨਗੇ ਤੁਸੀਂ ਦੇਖ ਲੈਣਾ 90 95% ਆਫ ਵੀਜ਼ਾ ਸਕਸੈਸ ਰੇਟ ਦਾ ਇੱਕਨੋ ਮਿਲੇਗਾ 100% ਕਦੀ ਵੀ ਨਹੀਂ ਹੋ ਸਕਦਾ ਰੀਜ਼ਨ ਬੀਇੰਗ ਕਿ ਕੁਝ ਪ੍ਰੋਫਾਈਲਸ ਜਿਹੜੇ ਆ ਜਾਂ ਕੁਝ ਵੈਰੀਫਿਕੇਸ਼ਨਸ ਨਹੀਂ ਹੋਈ ਹੁੰਦੀਆਂ ਤੇ ਉਸ ਕਾਰਨ ਕੁਝ ਵੀਜ਼ਾ ਰਿਜੈਕਸ਼ਨ ਲੇਕਿਨ ਮੇਰੇ ਖਲ 90% ਤੋਂ ਵੀ ਜ਼ਿਆਦਾ ਸਕਸੈਸ ਰੇਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੁਣ ਸਭ ਤੋਂ ਜ਼ਿਆਦਾ ਸਟਰਗਲ ਕਿੱਥੇ ਹੈ ਕਿ ਬੱਚਿਆਂ ਦੀ ਜੀਟੀ ਕਲੀਅਰ ਨਹੀਂ ਹੋ ਰਹੀ ਇਹ ਮੈਂ ਚੈਲੰਜ ਦੇ ਨਾਲ ਕਹਿ ਸਕਦੀ ਹਾਂ ਕਿ ਮੇਰੇ ਕੋਲ ਜਿਹੜਾ ਵੀ ਬੱਚਾ ਆਏਗਾ ਜਿਹੜਾ ਐਲੀਜੀਬਲ ਹੈ ਉਹਦੇ ਜੀਟੀ ਅਸੀਂ 1 ਵੀਕ 10 ਡੇਜ਼ ਦੇ ਅੰਦਰ ਕਰਾ ਕੇ ਦੇ ਦਾਂਗੇ ਵਿਥਨ 3 ਡੇਜ਼ ਅਸੀਂ ਆਫਰ ਲੈਟਰ ਦੇ ਦਾਂਗੇ ਇਸ ਤੋਂ ਜ਼ਿਆਦਾ ਕੁਇਕ ਪ੍ਰੋਸੈਸ ਨਹੀਂ ਹੋ ਸਕਦਾ 10 ਤੋਂ 15 ਦਿਨ ਦੇ ਵਿੱਚ ਅਸੀਂ ਫਾਈਲ ਜੀਟੀ ਤੱਕ ਪਹੁੰਚਾ ਦਾਂਗੇ ਇਹ ਮੇਰਾ ਚੈਲੰਜ ਹੈ ਬਹੁਤ ਸਾਰੀ ਔਰ ਗਰੁੱਪ ਏਡ ਦੀ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਵਿੱਚ ਅਸੀਂ ਕਰਾ ਕੇ ਦੇ ਰਹੇ ਹਾਂ ਥੋੜਾ ਜਿਹਾ ਫੀਸ ਦਾ ਬੱਚੇ ਨੂੰ ਪ੍ਰੈਸ਼ਰ ਪੈਂਦਾ ਕਿਉਂਕਿ ਅੱਜ ਕੱਲ ਯੂਨੀਵਰਸਟੀਆਂ ਫੀਸ ਜਿਹੜੀ ਹੈ ਮੈਕਸਿਮਮ ਯੂਨੀਵਰਸਟੀਆਂ ਐਡਵਾਂਸ ਜਿਹੜੀ ਹੈ 1 ਇਅਰ ਦੀ ਫੀਸ ਲੈਂਦੀਆਂ ਪਹਿਲੇ 6 ਮਹੀਨੇ ਦੀ ਲੈਂਦੀਆਂ ਸੀ ਅੰਡਰਗ੍ਰੈਜ ਕਿਉਂਕਿ ਅੰਡਰਗ੍ਰੈਜ ਚ ਯੂਨੀਵਰਸਟੀਆਂ ਨੂੰ ਸਟਰਗਲ ਕਰਨਾ ਪੈ ਰਿਹਾ ਸੀ ਕਿ ਬੱਚਾ ਕਈ ਵਾਰੀ ਡ੍ਰੌਪ ਡਾਊਨ ਚ ਚਲਾ ਜਾਂਦਾ ਸੀ ਤਾਂ ਵੀਜ਼ਾ ਸਕਸੈਸ ਰੇਟ ਵਾਸਤੇ ਵੀਜ਼ੇ ਦੀ ਸਕਸੈਸ ਵਾਸਤੇ ਕਿ ਯੂਨੀਵਰਸਿਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਾ 1 ਇਅਰ ਦੀ ਫੀਸ ਪੇ ਕਰੇ ਤੇ ਉਹਦੇ ਨਾਲ ਵੀਜ਼ਾ ਸਕਸੈਸ ਰੇਟ ਕਿਉਂ ਵੱਧ ਜਾਂਦਾ ਰੀਜ਼ਨ ਬੀਇੰਗ ਅਫੀਸਰ ਨੂੰ ਦਿਖਾਈ ਦੇ ਰਿਹਾ ਇਹ ਬੱਚਾ ਪੜ੍ਹਨ ਜਾ ਰਿਹਾ ਸਾਲ ਦੀ ਫੀਸ ਪੇ ਕੀਤੀ ਹੋਈ ਹੈ ਖਾਲੀ ਸਾਲ ਦੇ ਲੀਵਿੰਗ ਐਕਸਪੈਂਸਸ ਤੁਸੀਂ ਜਿਹੜਾ 14-15 ਲੱਖ ਰੁਪਇਆ ਦਿਖਾਣਾ ਉਹ ਬੈਂਕ ਦਾ ਲੋਨ ਵੀ ਹੋ ਸਕਦਾ ਤੇ ਤੁਸੀਂ ਉਹ ਜਿਹੜਾ ਫੀਸ ਉਹ ਕਿਧਰੋਂ ਵੀ ਪੇ ਕਰੋ ਡਸਨਟ ਮੈਟਰ ਲੀਵਿੰਗ ਐਕਸਪੈਂਸਸ ਤੁਸੀਂ ਲੋਨ ਦੇ ਥਰੂ ਦਿਖਾ ਦਿਓ ਔਰ ਤੁਹਾਡੀ ਜੀਟੀ ਕਲੀਅਰ ਹੈ ਹਰ ਯੂਨੀਵਰਸਿਟੀ ਨਹੀਂ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਬਟ ਮੈਕਸਿਮਮ ਯੂਨੀਵਰਸਿਟੀਆਂ ਚ ਇਦਾਂ ਹੋ ਸਕਦਾ ਤੇ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਹੈ ਫਾਈਲ ਆਸਟ੍ਰੇਲੀਆ ਵਾਸਤੇ ਪ੍ਰੋਸੈਸ ਹੋ ਸਕਦੀ ਹੈ ਔਰ ਵੀਜ਼ਾ ਸਕਸੈਸ ਰੇਟ ਵੀ ਇਸ ਚੈਨ ਦਾ ਬਹੁਤ ਅੱਛਾ ਆ ਰਿਹਾ ਹੈ ਇਸ ਦਾ ਠੀਕ ਹੈ ਬਿਲਕੁਲ ਸੋ ਮੈਮ ਤੁਸੀਂ ਕਾਫੀ ਚੀਜ਼ਾਂ ਕਲੀਅਰ ਕਰ ਹੀ ਦਿੱਤੀਆਂ ਕਿਉਂਕਿ ਜੀਟੀ ਨੂੰ ਲੈ ਕੇ ਜਿਹੜਾ ਸਵਾਲ ਹੈ ਤੁਸੀਂ ਉਸ ਦੇ ਉੱਪਰ ਵੀ ਜੋ ਹੈ ਸ਼ੋਰਟੀ ਦਿੱਤੀ ਹੈ ਸਟੂਡੈਂਟਸ ਦੀ ਕਿ ਸਹੀ ਪ੍ਰੋਸੈਸ ਦੇ ਨਾਲ ਜਦੋਂ ਅਪਲਾਈ ਕੀਤਾ ਜਾਂਦਾ ਤਾਂ ਫਿਰ ਜੀਟੀ ਜੋ ਹੈ ਟਾਈਮਲੀ ਕਲੀਅਰ ਹੁੰਦੀ ਹੀ ਹੈ ਸੋ ਸਟੂਡੈਂਟਸ ਦੇ ਕਈ ਸਾਰੇ ਡਾਊਟਸ ਆ ਇੱਥੇ ਹੀ ਕਲੀਅਰ ਹੋ ਹੀ ਗਏ ਹੋਣਗੇ ਪਰ ਇੱਥੇ ਮੈਮ ਮੈਂ ਵੀ ਜ਼ਰੂਰ ਜਾਣਨਾ ਚਾਹੂੰਗੀ ਕਿਹੜੀ ਫੀਲਡ ਵਾਲਿਆਂ ਲਈ ਆਪਾਂ ਚੰਗੇ ਮੌਕੇ ਦੇਖ ਪਾ ਰਹੇ ਆ ਅੱਗੋਂ ਜਿਹੜੇ ਕਮਿੰਗ ਇੰਟੇਕਸ ਨੇ ਜਿਹੜੇ ਮੇਰੇ ਕੋਲ ਜਿਹੜੇ ਕੋਰਸਸ ਬਿਜ਼ਨਸ ਦੇ ਆਈਟੀ ਦੇ ਰਿਲੇਟਡ ਜਿਹੜੇ ਬਹੁਤ ਜ਼ਿਆਦਾ ਕੋਰਸਸ ਮਿਲਣਗੇ ਹੈਲਥ ਤੋਂ ਹੈਲਥ ਦੇ ਵਾਸਤੇ ਵੀ ਮੈਂ ਦੱਸਿਆ ਸੀ 7 ਬੈਂਡ each ਨਰਸਿੰਗ ਵਾਸਤੇ ਚਾਹੀਦਾ ਸਾਨੂੰ ਹੈਲਥ ਸਾਇੰਸ ਵਾਸਤੇ ਤੇ 6 6.5 ਚ ਹੋ ਜਾਏਗਾ ਬਟ ਨਰਸਿੰਗ ਵਾਸਤੇ 7 each ਚਾਹੀਦਾ ਤੇ CBSE ਸਟੂਡੈਂਟ ਪਾਸ ਆਊਟ ਹੋਏ ਨਰਸਿੰਗ ਵਾਸਤੇ ਸਟੇਟ ਬੋਰਡ ਦਾ ਕੁਝ ਯੂਨੀਵਰਸਟੀਆਂ ਲੈ ਰਹੀਆਂ ਨਾ ਸਾਰੀਆਂ ਨਹੀਂ ਲੈ ਰਹੀ ਬਟ ਸਟੇਟ ਬੋਰਡ ਜਿਹੜੇ ਆ ਜਦ ਬੱਚਾ ਪੰਜਾਬ ਔਰ ਹਰਿਆਣਾ ਦੇ ਇਲਾਵਾ ਕਿਸੇ ਹੋਰ ਸਟੇਟ ਬੋਰਡ ਦਾ ਮੰਨ ਲਓ ਹਿਮਾਚਲ ਦਾ ਹੈ ਜਾਂ ਜੇ ਐਂਡ ਕੇ ਦਾ ਹੈ ਜਾਂ ਦਿੱਲੀ ਦਾ ਹੈ ਉਹ ਬੱਚਾ ਐਕਸੈਪਟ ਹੋ ਜਾਏਗਾ ਤੇ ਇਸ ਕਰਕੇ ਸਟੇਟ ਬੋਰਡ ਵੀ ਐਕਸੈਪਟ ਹੋ ਰਿਹਾ ਜਬ ਪੰਜਾਬ ਸੌਰੀ ਜੇ ਐਂਡ ਕੇ ਹਿਮਾਚਲ ਦਿੱਲੀ ਸਾਈਡ ਦਾ ਜਾਂ ਕਿਸੇ ਹੋਰ ਸਟੇਟ ਦਾ ਗੁਜਰਾਤ ਨੂੰ ਛੱਡ ਕੇ ਗੁਜਰਾਤ ਪੰਜਾਬ ਔਰ ਹਰਿਆਣਾ ਨੂੰ ਥੋੜਾ ਜਿਹਾ ਧਿਆਨ ਨਾਲ ਦੇਖ ਰਹੇ ਆ ਉਹਨਾਂ ਤੋਂ ਘੱਟ ਯੂਨੀਵਰਸਟੀਆਂ ਲੈ ਰਹੀਏ ਇਹ ਨਹੀਂ ਕਿ ਸਾਰੀ ਯੂਨੀਵਰਸਟੀਆਂ ਨੇ ਬੈਨ ਕੀਤਾ ਹੈ ਕਿਉਂਕਿ ਜਿੰਨੇ ਕ ਯੂਨੀਵਰਸਟੀਆਂ ਉਹਨਾਂ ਦੇ ਵਿੱਚ 10% ਯੂਨੀਵਰਸਟੀਆਂ ਸਟੇਟ ਬੋਰਡ ਨੂੰ ਲੈ ਰਹੀਆਂ باقی CBSE ਨੂੰ ਪ੍ਰੈਫਰ ਕਰ ਰਹੀਆਂ ਤੇ ਜਿਹੜੇ ਸਟੇਟ ਬੋਰਡ ਨਹੀਂ ਲੈ ਰਹੇ ਉਹ ਪੰਜਾਬ ਹਰਿਆਣਾ ਗੁਜਰਾਤ ਦੇ ਇਲਾਵਾ ਸਾਰੇ ਸਟੇਟ ਬੋਰਡ ਲੈ ਰਹੇ ਆ ਇਸ ਕਰਕੇ ਉਹ ਵੀ ਸਟਰਗਲ ਘਟਾ ਕਿਉਂਕਿ ਬੱਚਾ ਜੈਂਡ ਕੇ ਦਾ ਵੀ ਬਹੁਤ ਜਾਂਦਾ ਹੈ ਬੱਚਾ ਆਪਣੇ ਕੋਲ ਜਿਆਦਾ YouTube ਤੋਂ ਦੇਖਦੇ ਆ ਤੇ ਗੁਜਰਾਤ ਦੇ ਬੱਚਿਆਂ ਦੀ ਬਹੁਤ ਕਾਲ ਆਉਂਦੀ ਹੈ ਤੇ ਸੀਬੀਐਸਸੀ ਦਾ ਬੱਚਾ ਹਰ ਜਗ੍ਹਾ ਦਾ ਹੀ ਐਕਸੈਪਟਡ ਹੈ ਬਸ ਗੈਪ ਨਾ ਹੋਏ 23 ਪਾਸ ਆਊਟ ਬੱਚਾ ਹੈ ਪਲੱਸ 2 ਦਾ ਗ੍ਰੈਜੂਏਸ਼ਨ ਵਾਲੇ ਬੱਚੇ ਦੀ ਜਿਹੜੀ ਆ ਗੈਪ ਹੈ 5 ਇਅਰ ਈਵਨ ਜ਼ਿਆਦਾ ਵੀ ਐਕਸੈਪਟ ਹੋ ਸਕਦਾ ਹੈ ਜੇ ਉਹਦੀ ਜਸਟੀਫਿਕੇਸ਼ਨ ਪ੍ਰੋਪਰ ਹੈ ओके okay, ठीक है बिल्कुल सो ਕਿਵੇਂ ਗੈਪ ਜਸਟੀਫਾਈ ਹੋ ਸਕਦਾ ਹੈ ਸਹੀ ਢੰਗ ਨਾਲ ਮੈਮ ਨੇ ਉਸ ਨੂੰ ਲੈ ਕੇ ਵੀ ਤੁਹਾਨੂੰ ਕਲੀਅਰ ਕੀਤਾ ਪਰ ਫਿਰ ਵੀ ਮੈਂ ਜ਼ਰੂਰ ਚਾਹੂੰਗੀ ਕਿ ਜਿਨ੍ਹਾਂ ਦੀ ਪ੍ਰੋਫਾਈਲ ਵਿੱਚ ਥੋੜਾ ਗੈਪ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਤੁਹਾਨੂੰ ਖੁਦ ਨੂੰ ਸਮਝ ਨਹੀਂ ਆ ਰਹੀਆਂ ਤੁਸੀਂ ਜ਼ਰੂਰ ਮੈਮ ਨੂੰ ਮਿਲ ਸਕਦੇ ਹੋ ਪਰਸਨਲੀ ਤਾਂ ਉਸ ਲਈ ਤੁਸੀਂ ਨੈਵੀਗੇਟਰਸ ওভারਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ आओ ਤਾਂ ਕਿ ਹਰ ਇੱਕ ਡਾਕੂਮੈਂਟ ਦੇਖਣ ਤੋਂ ਬਾਅਦ ਅਸੈਸਮੈਂਟ ਕਰਨ ਤੋਂ ਬਾਅਦ ਤੁਹਾਨੂੰ ਰਾਈਟ ਗਾਈਡੈਂਸ ਮਿਲ ਸਕੇ ਔਰ ਤੁਸੀਂ ਸਹੀ ਰਸਤੇ ਤੇ ਅੱਗੇ ਵਧ ਸਕੋ ਕੋਈ ਸਵਾਲ ਡਾਊਟ ਹੈ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਾफी ਚੰਗੇ ਢੰਗ ਨਾਲ ਤੁਸੀਂ ਸਟੂਡੈਂਟਸ ਨੂੰ ਸਮਝਾਇਆ ਕਿ ਅਗਲੇ ਆਉਣ ਵਾਲੇ ਹੁਣ ਇਨਟੇਕਸ ਦੇ ਵਿੱਚ ਕੌਣ ਸਟੂਡੈਂਟ ਕਿਵੇਂ ਅਪਲਾਈ ਕਰ ਸਕਦਾ ਹੈ ਔਰ ਰਾਈਟ ਟਾਈਮ ਚੱਲ ਰਿਹਾ ਹੈ ਸਟੂਡੈਂਟਸ ਲਈ ਅਗਰ ਤੁਸੀਂ ਚੰਗੇ ਰਿਜ਼ਲਟਸ ਦੀ ਉਮੀਦ ਕਰਦੇ ਹੋ ਤਾਂ ਫਿਰ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ